ਦੋ ਤੋਂ ਇਸ ਵੇਲੇ ਹਾਂ ਅਸੀਂ ਦਵਾਈ ਦੇ ਵਿੱਚ ਪਹਿਲ ਟਰੱਸਟ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਬੜੀ ਘੱਟ ਭਾਰੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਹੈ ਉਹ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਦਵਾਈ ਦੇ ਨਾਲ ਇਹ ਆਯੋਜਨ ਕੀਤਾ ਗਿਆ। ਦੇਖ ਲਓ ਕਿੰਨੇ ਪੰਜਾਬੀ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਨੇ, ਵੱਧ ਚੜ੍ਹ ਕੇ ਜਿਹੜੇ ਪੰਜਾਬੀ ਹੈ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਨੇ। ਦੇਖੋ ਦਵਾਈ ਪੁਲਿਸ ਜਿਹੜੇ ਹੈਗੇ ਨਾਲ ਇਹ ਬਲੱਡ ਡੋਨੇਸ਼ਨ ਦਾ ਕੈਂਪ ਦਾ ਆਯੋਜਨ ਕੀਤਾ ਗਿਆ। ਤੁਸੀਂ ਦੇਖ ਲਓ ਦੁਬਈ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਨੇ ਉਹ ਕਿਸ ਤਰੀਕੇ ਦੇ ਨਾਲ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਨੇ। ਦੁਬਈ ਤੋਂ ਤੁਸੀਂ ਇਹ ਲਾਈਵ ਦੇਖ ਰਹੇ ਹੋ ਪੰਜਾਬੀ ਜਿਹੜੇ ਆਪਣੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਕਿਵੇਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਇਹ ਦੇਖ ਪਹਿਲ ਟਰੱਸਟ ਜਿਹੜਾ ਹੈਗਾ ਉਸਦੇ ਜਗਿੰਦਰ ਸਿੰਘ ਸਲਾਰੀਆ ਜੀ ਜਿਹੜੇ ਹੈਗਾ ਉਹਨਾਂ ਨੂੰ ਦਿੱਤਾ ਗਿਆ ਪੰਜਾਬੀ ਜਿਹੜੇ ਹੈਗੇ ਵੱਧ ਚੜ੍ਹ ਕੇ ਸਾਰੇ। ਖਾਸ ਗੱਲ ਇਹ ਹੈ ਕਿ ਆਈ ਡੀ ਜਿਹਨਾਂ ਕੋਲ ਹੈਗਾ ਉਹਨਾਂ ਦਾ ਫੋਨ ਨਾਮ ਜਿਹੜਾ ਹੈਗਾ ਉੱਥੋਂ ਲਿਆ ਜਾ ਰਿਹਾ। ਜਗਿੰਦਰ ਸਲਾਰੀਆ ਜੀ ਸਵੇਰੇ ਸਾਡੇ ਨਾਲ ਮੌਜੂਦ ਨੇ, ਆਪਾਂ ਇਹਨਾਂ ਨੂੰ ਦੱਸਣਗੇ ਦੱਸਾਂਗੇ ਮੇਰਾ ਸਿਰਫ ਇਹੋ ਕਹਿਣ ਤੋਂ ਭਾਵ ਹੈਗਾ ਕਿ ਅਸੀਂ ਇਹ ਚਾਹੁੰਦੇ ਹੈਗੇ ਕਿ ਜੋ ਮਾਨਵਤਾ ਦੀ ਜਿਹੜੀ ਭਲਾਈ ਹੈ ਉਹੀ ਸਭ ਤੋਂ ਵੱਡੀ ਹੈਗੀ ਹੈ, ਜਾਤ ਪਾਤ ਸਭ ਪਿੱਛੇ ਹੈਗੀ ਹੈ। ਦੇਖੋ ਸਾਨੂੰ ਦੁਬਈ ਦੀ ਹਕੂਮਤ ਇੰਨੀ ਸਪੋਰਟ ਕਰਦੀ ਹੈ, ਦੁਬਈ ਦੀ ਪੁਲਿਸ ਇੰਨੀ ਹਕ ਸਾਡੀ ਸਪੋਰਟ ਕਰਦੀ ਹੈਗੀ ਹੈ, ਔਰ ਅਸੀਂ ਇਹੋ ਚਾਹੁੰਦੇ ਹੈਗੇ ਹਾਂ ਕਿ ਸਾਰੇ ਭੈਣ ਭਰਾ ਮਿਲ ਕੇ ਜਿਸ ਤਰ੍ਹਾਂ ਵੀ ਅਸੀਂ ਇਹ ਕੰਮ ਕਰ ਰਹੇ ਇਹਨਾਂ ਨੂੰ ਅੱਗੇ ਵਧਾਈਏ। ਇਹ 100 ਬੋਟਲ ਨਹੀਂ, ਇਹ 200 ਬੋਟਲ ਨਹੀਂ, ਸਾਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਅਸੀਂ ਹਾਜ਼ਰ ਹਾਂ। ਦੁਬਈ ਸਾਡੀ ਜਨਮ ਭੂਮੀ ਦੀ ਤਰ੍ਹਾਂ ਹੀ ਹੈਗੀ ਹੈ, ਅਸੀਂ ਇੱਥੇ ਇੰਨਾ ਸਮਾਂ ਗੁਜ਼ਾਰਿਆ ਹੈਗਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਨਹੀਂ ਹੈ ਕਿ ਕੋਈ ਪਰਟੀਕੁਲਰ ਜਗ੍ਹਾ 'ਤੇ ਜਾ ਕੇ ਅਸੀਂ ਕੋਈ ਕੰਮ ਕਰੀਏ, ਅਸੀਂ ਜਿੱਥੇ ਵੀ ਹੈਗੇ ਹਾਂ ਸੇਵਾ ਕਰ ਸਕਦੇ ਹਾਂ। ਸੇਵਾ ਜਿਹੜੀ ਹੈਗੀ ਹੈ ਉਹ ਕਿਸੇ ਪਰਟੀਕੁਲਰ ਜਗ੍ਹਾ 'ਚ ਜਾ ਕੇ ਨਹੀਂ ਹੁੰਦੀ, ਜਿੱਥੇ ਮਰਜ਼ੀ ਸੇਵਾ ਕਰੋ। ਦੇਖੋ ਇਹ ਸਾਰੇ ਭਰਾ ਮੈਂ ਇਹਨਾਂ ਨੂੰ ਜਾਣਦਾ ਨਹੀਂ ਹੈਗਾ, ਲੇਕਿਨ ਇਹੋ ਗੱਲ ਹੈਗੀ ਹੈ ਕਿ ਇੱਕ ਮਾਨਵਤਾ ਦੀ ਭਲਾਈ ਲਈ ਸਾਰੇ ਅਗਾਂਹ ਤੋਂ ਅਗਾਂਹ ਵੱਧ ਕੇ ਤੁਸੀਂ ਪਿੱਛੇ ਕਰਾਉਣ। ਦੇਖੋ ਕਿਉਂ, ਕਿਉਂਕਿ ਉਹ ਸਾਰੇ ਆ ਕੇ ਇਸੇ ਕਰਕੇ ਲੜ ਦੇ ਰਹੇ ਹੈਗੇ ਆ, ਕਿਉਂਕਿ ਇੱਕ ਸਾਰਿਆਂ ਦੇ ਲਈ ਮਾਨਵਤਾ ਦੀ ਭਲਾਈ ਦਾ ਕੰਮ ਹੈਗਾ। ਸੋ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈਗਾ ਕਿ ਅਸੀਂ ਇਸੇ ਤਰ੍ਹਾਂ ਰਲ ਕੇ ਔਰ ਮਾਨਵਤਾ ਦੀ ਭਲਾਈ ਲਈ ਕੰਮ ਕਰੀਏ। ਦੁਬਈ ਦੇ ਵਿੱਚ ਗੱਲ ਕਰੀਏ ਕਿੱਡਾ ਬੜਾ ਚੈਲੰਜ ਹੈਗਾ ਜੀ ਇੱਥੇ ਇਸ ਤਰ੍ਹਾਂ, ਕਿਉਂਕਿ ਪੰਜਾਬੀ ਵੀ ਕਾਫੀ ਹੈਗੇ ਇੱਥੇ, ਕਿੰਨਾ ਬੜਾ ਚੈਲੰਜ ਸਮਝੋ ਇੱਥੇ ਪੰਜਾਬੀਆਂ ਨੇ ਮੱਲਾਂ ਮਾਰੀਆਂ। ਔਰ ਤੁਸੀਂ ਇਹ ਚੀਜ਼ ਵੇਖੋ ਵੀ ਇਹ ਤੁਹਾਡੇ ਸਾਹਮਣੇ ਮਿਸਾਲ ਹੈਗੀ ਹੈ ਕਿ ਮਲਕੀ ਦੀ ਸਾਰੀ ਜਿੱਥੇ ਜੋ ਵੀ ਦੁਬਈ ਦੀ ਹਕੂਮਤ ਸਾਡੀ ਸਪੋਰਟ ਕਰਦੀ ਹੈ। ਔਰ ਮੈਂ ਕਹਿੰਦਾ ਵੀ ਕੋਈ ਕਿਸੇ ਭਰਾ ਨੂੰ ਕਿਸੇ ਨੂੰ ਜ਼ਰੂਰਤ ਹੋਵੇ ਦੁਬਈ ਦੇ ਵਿੱਚ ਕਿਸੇ ਕਿਸਮ ਦੀ, ਸਹੀ ਹੈ ਜੋਗਿੰਦਰ ਸਿੰਘ ਇੱਥੇ ਬੈਠਾ। ਸੋ ਤੁਸੀਂ ਇਹੋ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਹੈਗਾ ਕਿ ਅਸੀਂ ਪੂਰੀ ਕਾਨੂੰਨੀ ਪ੍ਰਤੀਕਿਰਿਆ ਦੇ ਨਾਲ ਸਾਥ ਵੀ ਦੇਵਾਂਗੇ ਹਰ ਬੰਦੇ ਦਾ, ਹਰ ਭੈਣ ਭਰਾ ਦਾ, ਕੋਈ ਮੁਸ਼ਕਿਲ ਮੁਸੀਬਤ 'ਚ ਹੈਗਾ ਸਾਡੇ ਨਾਲ ਮਿਲਿਆ। ਸੋ ਮੇਰੀ ਇੱਕੋ ਹੀ ਸੋਚ ਹੈਗੀ ਹੈ, ਇੱਕੋ ਹੀ ਮੈਂ ਇਹੋ ਸੁਨੇਹਾ ਦੇਣਾ ਚਾਹੁੰਦਾ ਹੈਗਾ ਕਿ ਦੇਖੋ ਕਿਤੇ ਵੀ ਮਾਨਵਤਾ ਦੀ ਭਲਾਈ ਦਾ ਕੰਮ ਕਰਨਾ ਹੈ ਤੁਸੀਂ ਕਰੋ। ਦੇਖੋ ਇਹ ਮੇਰੇ ਬ੍ਰਦਰ ਹੈਗੇ, ਇਹ ਆਪਣੇ ਮਿਸਰ ਹੈਗੇ, ਉਹ ਆਪਣੇ ਸ਼ੇਖ ਆਏ ਹੋਏ ਆ, ਇਹ ਕਰੋ ਦੁਬਈ ਪੁਲਿਸ ਆਈ ਹੋਈ, ਔਰ ਸਾਰੇ ਰਲ ਕੇ ਇਹ ਕੰਮ ਨੂੰ ਹੱਲਾ ਦਿੰਦੇ ਹੈਗੇ। ਔਰ ਇਹੋ ਚੀਜ਼ ਹੈਗੀ, ਇਹਨਾਂ ਤੋਂ ਵੀ ودوت الاعمال الخيريه ما لهاش علاقه ولا بالاديان ولا بالجنسيه، ده لازم يكون دعم من المقيمين، دعم للمكان اللي احنا قاعدين فيه عمره طويل جدا، والحمد لله اخذنا الدعم كله من هيئه الصحه ومن الجيوش الشرعيه من الاماكن كلها. نشكر. ثانك يو فيري ماتش. ثانك يو. ਸਲਾਰੀਆ ਜੀ ਇੱਥੇ ਮੁਸ਼ਕਲਾਂ ਕੀ ਆਉਂਦੀਆਂ ਪੰਜਾਬੀ ਦੀ ਗੱਲ ਕਰੀਏ? ਮੁਸ਼ਕਲ ਦੇਖੋ ਤੁਸੀਂ ਗਲਤ ਕੰਮ ਕਰੋਗੇ ਤਾਂ ਮੁਸ਼ਕਲ ਹਰ ਜਗ੍ਹਾ, ਸਿੱਧੇ ਕੰਮ ਕਰੋਗੇ ਕੋਈ ਮੁਸ਼ਕਲ ਨਹੀਂ। ਠੀਕ ਹੈ, ਮੈਂ 25 ਸਾਲ ਇੱਥੇ ਗੁਜ਼ਾਰਿਆ, ਮੈਨੂੰ ਪਤਾ ਹੈਗਾ ਕਿ ਇੱਥੇ ਕੋਈ ਮੁਸ਼ਕਲ ਨਹੀਂ ਹੈਗੀ। ਅਗਰ ਮੁਸ਼ਕਲ ਹੈਗੀ ਮੁਸ਼ਕਲ ਦੀ ਕਾਨੂੰਨ ਹੈ, ਸੋ ਕਾਨੂੰਨ ਦੀ ਹੈਲਪ ਲਓ, ਲੇਕਿਨ ਗਲਤ ਕੰਮ ਕਰੋਗੇ ਤਾਂ ਲਾਜ਼ਮੀ ਗੱਲ ਹੈਗੀ ਕਿ ਉਹ ਕੋਈ ਵੀ ਮਾਫ਼ ਨਹੀਂ ਕਰੇਗਾ। ਸੋ ਗਲਤ ਕੰਮ ਨਹੀਂ ਕਰੋ, ਕੋਈ ਮੁਸ਼ਕਲ ਨਹੀਂ, ਕੋਈ ਵੀ ਮੁਸ਼ਕਲ ਨਹੀਂ ਹੈ। ਔਰ ਮੈਂ ਇਹੋ ਗੱਲ ਬਾਰ ਬਾਰ ਇਹੋ ਕਹਿੰਦਾ ਹੈਗਾ ਕਿ ਕਾਨੂੰਨ ਨੂੰ ਕਦੀ ਹੱਥ ਨਾ ਲਾਓ, ਕਾਨੂੰਨ ਦੀ ਸਪੋਰਟ ਲਓ। ਠੀਕ ਹੈ, ਕਿਸੇ ਨੂੰ ਕੋਈ ਗਲਤ ਕੋਈ ਕਰਦਾ ਹੈਗਾ ਤਾਂ ਲਾਜ਼ਮੀ ਗੱਲ ਆ ਉਹਦੀ ਸਜ਼ਾ ਹੈਗੀ। ਠੀਕ ਹੈ, ਸੋ ਅਸੀਂ ਦੇਖੋ ਇਸ ਚੀਜ਼ ਨੂੰ ਇਸ ਕਰਕੇ ਕਹਿ ਰਹੇ ਹੈਗੇ ਕਿ ਤੁਸੀਂ ਇਸ ਚੀਜ਼ ਨੂੰ ਵੇਖੋ ਕਿ ਸਾਨੂੰ ਇੱਥੇ ਇਹੋ ਹੀ ਗੱਲਾਂ ਹੈਗੀਆਂ ਕਿ ਸਾਡੀ ਦੁਬਈ ਪੁਲਿਸ ਕਿੰਨੀ ਹੈਲਪ ਕਰਦੀ ਹੈ, ਸਾਡੇ ਨਾਲ ਸਾਰਾ ਜਿੰਨਾ ਵੀ ਸਿਸਟਮ ਡਿਪਾਰਟਮੈਂਟ ਹੈ ਕਿਉਂ ਸਾਡੀ ਸਪੋਰਟ ਕਰਦਾ ਹੈਗਾ, ਅਸੀਂ ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਹਾਂ। ਮੈਂ ਪਹਿਲ ਚੈਰੀਟੇਬਲ ਟਰੱਸਟ ਨੂੰ ਇਹ ਵੀ ਕਹਿੰਦਾ ਹੈਗਾ ਕਿ ਤੁਸੀਂ ਪਹਿਲ ਚੈਰੀਟੇਬਲ ਟਰੱਸਟ ਨੂੰ, ਮੈਂ ਇਹ ਕਹਿੰਦਾ ਹੈਗਾ ਕਿ ਤੁਸੀਂ ਆਪਣੇ ਘਰ ਤੋਂ ਸੇਵਾ ਸਟਾਰਟ ਕਰੋ, ਮਿਹਨਤ ਕਰੋ, ਤੁਸੀਂ ਸੇਵਾ ਕਰੋ,
ਸੇਵਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਉਹੀ ਗੱਲ ਹੈਗੀ ਹੈ ਕਿ ਦੇਖੋ ਇਹ ਸਾਰੇ ਕਿਸਮ ਦੇ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਇੰਡੀਆ ਤੋਂ ਮਿਸਰ ਤੋਂ ਸ਼੍ਰੀਲੰਕਾ ਤੋਂ ਨੇਪਾਲ ਤੋਂ ਫਿਲੀਪੀਨ ਤੋਂ ਸਭ ਲੋਕ ਆ ਕੇ ਇੱਥੇ ਬਲੱਡ ਦੇ ਰਹੇ ਕਿਉਂ ਦੇ ਰਹੇ ਹੈਗੇ ਕਿਉਂਕਿ ਇਹ ਮਾਨਵਤਾ ਦੀ ਭਲਾਈ ਦਾ ਸਭ ਦਾ ਸਾਂਝਾ ਕੰਮ ਹੈ ਠੀਕ ਹੈ ਸੋ ਸਾਨੂੰ ਸਾਰਿਆਂ ਨੂੰ ਇੱਕ ਇਹੋ ਹੀ ਮੈਸੇਜ ਦੇਣਾ ਚਾਹੀਦਾ ਹੈਗਾ ਕਿ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਈਏ ਅਸੀਂ ਇਹ ਕਰੀਏ ਥੈਂਕ ਯੂ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਪੰਜਾਬੀ ਹੀ ਨਹੀਂ ਹਰ ਇੱਕ ਜਿਹੜੀ ਕੰਟਰੀ ਦਾ ਹੈਗਾ ਹਰ ਉਹ ਇੱਥੇ ਆ ਕੇ ਆਪਣਾ ਖੂਨ ਦੇ ਰਿਹਾ ਪਾਕਿਸਤਾਨ ਤੋਂ ਹੋਣ ਚਾਹੇ ਇੰਡੀਆ ਤੋਂ ਹੋਣ ਚਾਹੇ ਪੰਜਾਬ ਤੋਂ ਹੋਣ ਕਿਸੇ ਵੀ ਜਗ੍ਹਾ 'ਤੇ ਕੰਟਰੀ ਤੋਂ ਹੋਣ ਉਹ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਉਹ ਹਿੱਸਾ ਲੈ ਰਹੇ ਨੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਤੋਂ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਜਾਂ ਕਿਸੇ ਹਰ ਇੱਕ ਕੰਟਰੀ ਦੇ ਜਿਹੜੇ ਇੱਥੇ ਦੁਬਈ ਆਏ ਨੇ ਉਹ ਹਿੱਸਾ ਲੈ ਰਹੇ ਨੇ ਖਾਸ ਕਰਕੇ ਇਸ ਕੈਂਪ ਦੇ ਵਿੱਚ ਦੁਬਈ ਪੁਲਿਸ ਦੇ ਨਾਲ ਮਿਲ ਕੇ ਇਹ ਆਯੋਜਨ ਕੀਤਾ ਗਿਆ ਫਾਇਰ ਟ੍ਰਸਟ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਇਸ ਕੈਂਪ ਦੇ ਵਿੱਚ ਜੋ ਹੈਗਾ ਟੀਚਾ ਇਹਨਾਂ ਰੱਖੇ 100 ਤੋਂ ਵੱਧ ਜਿਹੜੇ ਹੈਗੇ ਕਿਹੜੀ ਜਗ੍ਹਾ ਹੁਸ਼ਿਆਰਪੁਰ ਤੋਂ ਜੀ ਹਾਂਜੀ ਇੱਥੇ ਖੂਨਦਾਨ ਕੈਂਪ 'ਚ ਆਏ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕੀ ਕਹਿਣਾ ਚਾਹੋਗੇ ਜੀ ਪੰਜਾਬ 'ਚ ਦੇਖ ਰਹੇ ਜਿਹੜੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਬਲੱਡ ਡੋਨੇਟ ਕਰਿਆ ਕਰੋ ਵਧੀਆ ਗੱਲ ਹੈ ਬਲੱਡ ਡੋਨੇਟ ਇਹ ਦੇਖੋ ਕਿਵੇਂ ਲਾਈਨ ਲੱਗੀ ਹੋਈ ਹੈ ਖੂਨਦਾਨ ਕਰਨ ਵਾਲੇ ਦੀ ਕਿਵੇਂ ਲਾਈਨ ਇੱਥੇ ਲੱਗੀ ਹੋਈ ਹੈ ਇਸ ਵੇਲੇ ਸਾਡੇ ਨਾਲ ਸਿੰਘ ਮੋਟਰਸਾਈਕਲ ਬਾਈਕ ਇੰਟਰਨੈਸ਼ਨਲ ਬਾਈਕ ਸਿੰਘ ਮੋਟਰਸਾਈਕਲ ਕਲੱਬ ਦੁਬਈ ਸਿੰਘ ਮੋਟਰਸਾਈਕਲ ਕਲੱਬ ਦੁਬਈ ਤੋਂ ਟੀਮ ਇੱਥੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਪਹੁੰਚੀ ਹੈ ਆਪਾਂ ਨਾਲ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸਰ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇੱਥੇ ਦੁਬਈ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਭਾਜੀ ਉਹਨਾਂ ਵੱਲੋਂ ਪਹਿਲ ਚੈਰੀਟੇਬਲ ਟਰੱਸਟ ਵਾਲਿਆਂ ਇਹਨੇ ਭਾਜੀ ਵੰਡਣ ਨਾਲ ਬੜਾ ਸਤਿਕਾਰ ਦਿੱਤਾ ਜੀ ਇਹਨਾਂ ਨੇ ਸੱਦਿਆ ਅਤੇ ਆਪਾਂ ਜੀ ਇੱਥੇ ਟੀਮ ਲੈ ਕੇ ਪੁੱਜੇ ਹਾਂ ਆਪਣੀ ਅਤੇ ਖੂਨ ਦੇ ਨਾਲ ਨਾਲ ਆਪਣੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਤਿਆਰ ਕਰਦੇ ਹਾਂ ਇੱਥੇ ਸਿੰਘ ਮੋਟਰਸਾਈਕਲ ਕਲੱਬ ਦੁਬਈ ਵੱਲੋਂ ਭਾਜੀ ਉਹਨਾਂ ਦਾ ਬਹੁਤ ਸਵਾਗਤ ਹੈ ਇਹ ਕਦਮ ਲਈ ਆਪਾਂ ਹੋਰ ਵੀ ਸਾਡਾ ਇਸ਼ੂ ਹੋਰ ਵੀ ਬਾਕੀ ਜਥੇਬੰਦੀਆਂ ਨਾਲ ਲੱਗਿਆ ਰਹਿੰਦਾ ਅਤੇ ਆਪਾਂ ਖੜੀ ਦਾ ਕੌਮ ਦੇ ਕੰਮਾਂ ਲਈ ਬਾਕੀ ਚੈਰੀਟੇਬਲ ਹੋਰ ਵੀ ਕੰਮਾਂ ਲਈ ਆਪਾਂ ਖੜਦੇ ਹਾਂ ਕਲੱਬ ਦੇ ਵੱਲੋਂ ਪੂਰਾ ਮੋਟਰਸਾਈਕਲ ਕਲੱਬ ਬਾਕੀ ਸਾਡੇ ਵੀਰ ਨੇ ਹੋਰ ਸਾਡੇ ਨਾਲ ਸਾਰੇ ਜਿਹੜੇ ਮੋਟਰਸਾਈਕਲ ਹਾਰਲੇ ਡੇਵਿਡਸਨ ਸਾਰੇ ਵੱਡੇ ਮੋਟਰਸਾਈਕਲ ਲੈ ਕੇ ਇੱਥੇ ਕਲੱਬ 'ਚ ਮੈਂਬਰ ਨੇ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੱਲੋਂ ਅਤੇ ਸਤਿ ਸ਼੍ਰੀ ਅਕਾਲ ਜੀ ਭਾਜੀ ਹੋਣਾ ਵੱਲੋਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲ ਚੈਰੀਟੇਬਲ ਟਰੱਸਟ ਵੱਲੋਂ ਅਤੇ ਸਾਡੇ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ Thank you.
Thank you.